ਸਰ ਐਡੀ ਗੰਦੀਆਂ ਗੱਲਾਂ ਬੋਲਦਾ ਕਿ ਜੇ ਇੱਦਾਂ ਦੀ ਕੁੜੀ ਹੋਵੇ ਤਾਂ ਮੈਂ ਘਰ 'ਚ ਲੱਖਾਂ ਰੁਪਈਆ ਨਾ ਕਮਾ ਕੇ ਬੈਠਾ, ਫਿਰ ਸਵੇਰੇ ਸਰ 10 ਵਜੇ 11 ਵਜੇ ਜਾਂਦੀ ਹਾਂ, 7 ਵਜੇ ਆਉਂਦੀ ਹਾਂ, ਮੇਰੇ ਔਫਿਸ ਪਤਾ ਕਰ ਸਕਦੇ ਹੋ ਕਿ ਮੈਂ ਉੱਥੇ ਡਿਊਟੀ ਟਾਈਮ 'ਤੇ ਜੋਬ ਕੰਮ ਕਰਨ ਜਾਂਦੀ ਕਿ ਗਲਤ ਕੰਮ ਕਰਨ ਜਾਂਦੀ, ਮੈਨੂੰ ਹਰ ਗੱਲ 'ਤੇ ਗਲਤ ਕਹਿੰਦਾ, ਤੂੰ ਗਲਤ ਹੈ ਮੈਂ ਕਿਤਨਾ ਵੇਖਿਆ, ਮੈਨੂੰ ਗਲਤ ਦੇਖਿਆ ਕਿਸੇ ਨਾਲ ਹੀ, ਜੋ ਥਰਡ ਪਰਸਨ ਕੋਲ ਜਾਂਦਾ ਉਹ ਤਾਂ ਬੁੱਕੜ ਜਾਂਦਾ, ਮੈਂ ਤਾਂ ਕਿਹਾ ਹੀ ਕੁਛ ਨਹੀਂ, ਮੈਂ ਤਾਂ ਕਿਹਾ ਹੀ ਕੁਛ ਨਹੀਂ, ਤੂੰ ਵੰਨ ਸੁਵੰਨੇ ਕਰਦੀ ਹੈ, ਤੂੰ ਤੇਰੇ ਗਲਤ ਰਿਲੇਸ਼ਨ ਹੈਗੇ ਕਿਹਦੇ ਨਾਲ ਆ ਗਏ ਆ, ਪਰੂਫ ਕਰੂੰ ਨਾ, ਇਹ ਵੀ ਜਾਣ ਬੁੱਢ ਕੇ ਮੈਨੂੰ ਡਿਮਾਂਡ ਕਰਕੇ ਟੋਰਚਰ ਮਾਰਦਾ, ਫਿਰ ਮਾਰਕੁਟਾਈ ਹੋ ਜਾਂਦੀ ਇਸੇ ਗੱਲ 'ਚ, ਅਤੇ ਹਾਂ ਤੂੰ ਹੈਗੀ ਕਿਹਨੂੰ ਬੁਲਾ ਸਕਦੀ ਹੈ, ਪੁਲਿਸ ਵਾਲੇ ਆਉਂਦੇ ਉਹ ਵੀ ਠੱਗ ਜਾਂਦੇ, ਡਰ ਅੱਕ ਗਿਆ ਸਾਡੇ ਤੋਂ ਕਿ ਤੁਹਾਡੀ ਸਮਝੌਤਾ ਹੋ ਹੀ ਨਹੀਂ ਸਕਦਾ, 10-15 ਮਹੀਨੇ ਬਾਅਦ ਸਾਡੀ ਲੜਾਈ ਹੋ ਜਾਂਦੀ ਹੈ। ਹੁਣ ਇਸ ਵਾਰੀ ਮੈਂ ਮੈਡਮ ਨਾਲ ਗੱਲ ਕੀਤੀ ਸਪਨਾ ਭਾਟੀਆ ਮੈਡਮ ਨਾਲ ਕਿ ਮੈਡਮ ਮੈਨੂੰ ਇਨਸਾਫ ਦਿਓ, ਹਰ ਵਾਰੀ ਮੇਰੇ ਰਾਜ਼ੀਨਾਮੇ ਤਾਂ ਉੱਥੇ ਹੋ ਜਾਂਦੇ ਆ, ਇਹੀ ਕਹੂੰਗਾ ਮੈਂ, ਹਾਂਜੀ ਮੈਂ ਕੰਮ ਕਰਾਂਗਾ, ਮੈਂ ਸਭ ਕੁਛ ਕਰਾਂਗਾ, ਮੈਨੂੰ ਮਾਫ਼ ਕਰ ਦਿਓ, ਮੈਂ ਕਰਾਂਗਾ ਕਰਾਂਗਾ, ਪਰ ਇਹ ਨਹੀਂ ਸੁਧਰ ਸਕਦਾ, ਇਹਦੇ ਪੇਰੈਂਟਸ ਵੀ ਇਸ ਗੱਲੋਂ ਅਗੇਂਸਟ ਹੈਗੇ ਨੇ ਕਿ ਇਹ ਕੁੜੀ ਚੱਲ ਜਾਏ ਇੱਥੋਂ। ਮਸਲਾ ਹੱਲ ਕੋਈ ਨਹੀਂ, ਜਿੱਦਾਂ ਮੈਂ ਆਪਣੇ ਮਕਾਨ 'ਤੇ ਰਹਿਣ ਡਿਆ, ਲੈ ਕੇ ਰਹਿਣ ਡਿਆ ਵਾਂ, ਅਤੇ ਕੋਈ ਮੈਟਰ ਨਹੀਂ, ਕੋਈ ਗੱਲ ਦਾ ਲੈ ਕੇ ਰਹਿਣ ਡਿਆ, ਆਪਣੀ ਮਿਸ ਨੂੰ ਲੈ ਕੇ ਰਹਿਣ ਡਿਆ, ਨਾਮ ਦਾ ਰਸ਼ਮੀ ਬੁਰਾਨੀ ਆ, ਅਤੇ ਨਾ ਉਹਦਾ ਮੈਂ ਹੀ ਨਾ ਰੱਖਿਆ ਸੀ ਬੜੇ ਪਿਆਰ ਨਾਲ, ਕੁੱਟ ਤਾਂ ਕੋਈ ਗੱਲ ਨਹੀਂ, ਕੋਈ ਮੈਟਰ ਦੀ ਗੱਲ ਨਹੀਂ ਹੁੰਦੀ, ਜਿਸ ਤਰ੍ਹਾਂ ਕੋਈ ਤੂੰ ਗੰਦੀ ਮੰਦੀ ਗੱਲ ਮੇਰੇ ਪਰਿਵਾਰ ਨੂੰ ਕੱਢਦੀ ਆ, ਅਤੇ ਮੈਂ ਉਹਦੇ ਪਰਿਵਾਰ ਕਹਿੰਦਾ, ਇੰਨੇ 'ਚ ਸਾਡੇ ਮੈਟਰ 'ਚ ਹੱਥਾਂ ਵਿੱਚ ਮਾੜੀ ਹੋ ਜਾਂਦੀ ਆ, ਉਹ ਹਰ ਘਰ ਹੋ ਜਾਂਦੀ ਆ। ਤਸਵੀਰਾਂ ਸਾਡੇ ਸਾਹਮਣੇ ਆਈਆਂ, ਬਹੁਤ ਬੇਦਰਦੀ ਇਹਨਾਂ ਦੀ ਮਾਰਿਆ ਵਾ, ਲਾਸ਼ਾਂ ਪਈਆਂ ਹੀ ਆ, ਉਹ ਨਿਆਂ ਝੂਠ ਆ, ਲਾਸ਼ਾਂ ਕਿੱਧਰ ਗਈਆਂ, ਉਹ ਲਾਸ਼ਾਂ ਜਿਹੜੀ ਲੱਗੀਆਂ, ਜਿਹੜੀ ਮੈਨੂੰ ਸੱਟਾਂ ਗੁੱਟਾਂ ਲਾਈਆਂ ਇਹਨੇ ਕੁੜੀ ਨੇ ਖੁਦ ਲਈ ਜਾਂਦੀ, ਲਾਸ਼ਾਂ ਦੀ ਮੰਨਦੇ ਜੇ ਪਾਈਆਂ, ਜਿਹੜੀ ਲਾਸ਼ਾਂ ਲਾਈਆਂ ਜਿਹੜੀ, ਉਹ ਤੇ ਉਹ ਦੇਖੋ ਨਾ, ਜਦੋਂ ਬਚਾਅ ਵਾਸਤੇ ਇੱਦਾਂ ਕਰਨਾ ਤੇ 60 ਫੁੱਟ ਲੱਗ ਜਾਂਦੀ ਬਚਾਅ ਵਾਸਤੇ ਕੀਤਾ, ਕੋਈ ਗੱਲ ਕੋਈ ਨਹੀਂ ਗੀ, ਨਹੀਂ ਮਗਰ ਸੱਟ ਨੇ ਸੱਟ ਮਗਰ ਮੈਂ ਲਾਈ ਨਹੀਂ ਉਹਨੂੰ ਪੂਰੀ, ਕਿਉਂਕਿ ਉਹਨੇ ਸੱਦਣੀ, ਉਹਦੇ ਕਿਰਾਏ ਦਾ ਮੇਰੇ ਗਵਾਹ ਨੇ, ਮਗਰ ਕਿਰਾਏ ਦਾ ਮੇਰੇ ਗਵਾਹ, ਸਭ ਕੁਛ ਮੈਟਰ ਸੋਟੀ ਨੇ ਪਹਿਲਾਂ ਮਾਰੀ ਕੁੱਟ ਮਾਰ ਉਹਨੇ ਕੀਤੀ, ਕਿਰਾਏ ਦਾ ਕੋਈ ਨਹੀਂ, ਮੂੰਹ ਤੇ ਕਰਾ ਦੋ ਕਿਰਾਏ ਦਾ, ਨਹੀਂ ਮਗਰ ਕਿਰਾਏ ਦਾ ਨਹੀਂ ਕਹਿੰਦੇ, ਕਿਰਾਏ ਦਾ ਮੂੰਹ ਤੇ ਕਰਾ, ਮੈਂ ਕਿਰਾਏ ਦਾ ਕਹਿੰਗੇ ਨਹੀਂ ਇਸ ਗੱਲ ਨੂੰ, ਕਿਉਂ ਕੰਮ ਕਰਦੇ, ਨਹੀਂ 20 ਕੁ ਦਿਨ ਹੋ ਗਏ ਮੇਰੀ ਦੁਕਾਨ ਬੰਦ, ਮੇਰੀ ਪੱਥਰੀ ਆਈ ਸੀ ਗੁਰਦੇ, ਮੇਰੇ ਘਰ ਡਰਿੱਪਾਂ ਲੱਗੀਆਂ, ਉਹ ਜਿਹੜਾ ਲਾਉਣ ਡਾਕਟਰ ਮੇਰਾ ਵਾਕਫ ਹੈ, ਠੀਕ ਹੈ, 3 ਦਿਨ ਡਰਿੱਪਾਂ ਲੱਗੀ ਗੁਰਦੇ ਪੱਥਰੀ ਆਈ ਸੀ, ਅਤੇ 20 ਦਿਨ ਮੇਰੀ ਦੁਕਾਨ ਬੰਦ ਰਹੀ ਆ, ਅਤੇ ਵੋਟੀ ਨੂੰ ਤੁਸੀਂ ਕੰਮ 'ਤੇ ਜੀ ਕਹਿੰਦੇ ਜਾ ਦਿੰਦੇ, ਕਹਿੰਦੇ ਗਲਤ ਛੱਪ ਕਰ, ਜਿਹੜਾ ਕੇਸ ਆਇਆ ਉਹਦੇ ਬਾਰੇ ਦੱਸ। ਮੇਰੇ ਕੋਲ ਇੱਕ ਦਰਖਾਸਤ ਆਈ ਹੈ ਜਿਹਦੇ ਵਿੱਚ ਹਸਬੈਂਡ ਅਤੇ ਵਾਈਫ ਦੋਨਾਂ ਦਾ ਮਿਊਚੁਅਲ ਡਿਸਪਿਊਟ ਆ, ਅਤੇ ਕਸੂਰਵਾਰ ਵੀ ਦੋਵੇਂ ਪਾਏ ਜਾਂਦੇ ਆ, 50-50% ਦੋਨਾਂ ਦਾ ਹੀ ਦੋਸ਼ ਹੈ, ਜੋ ਵੀ ਹੁਣ ਬੰਦ ਦੀ ਕਰ, ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ, ਜੋ ਬੰਦ ਦੀ ਕਰਵਾਈ ਹੋਏਗੀ, ਜੇ ਤਾਂ ਉਹਨਾਂ ਦਾ ਕੁਛ ਹੁੰਦਾ ਸੌਟ ਆਊਟ ਤਾਂ ਕੀਤਾ ਜਾਏਗਾ, ਅਦਰਵਾਈਜ਼ ਜੋ ਬੰਦ ਦੀ ਕਰ ਰਹੀ ਹੈਗੀ। ਲੜਕੀ ਦੇ ਸੱਟਾਂ ਵੀ ਜ਼ਿਆਦਾ ਲੱਗ ਗਈ ਪੀ ਐਸ ਅਤੇ ਲੜਕੀਆਂ ਦੀ ਸੱਟ ਨਜ਼ਰ ਨਹੀਂ ਆਈ ਜਾਂਦੀ, ਨਹੀਂ ਜੀ, ਲੜਕੀਆਂ ਦਾ ਵੀ ਮੈਡੀਕਲ ਦੋਨਾਂ ਦਾ ਕਰਾਇਆ ਗਿਆ, ਜੋ ਵੀ ਐਮ ਐਲ ਆਰ ਰਿਪੋਰਟ ਆਉਣ 'ਤੇ ਜੋ ਬੰਦ ਦੀ ਕਰ ਰਹੀ ਹੈ।